ਫਤਿਹਗੜ੍ਹ ਸਾਹਿਬ ਦੇ ਪਿੰਡ ਦਾਲੋ ਮਾਜਰਾ ਵਿਖੇ ਦੋ ਗੁਰਦੁਆਰਾ ਸਾਹਿਬ ਹੋਏ ਇੱਕ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਚਲਾਈ ਜਾ ਰਹੀ ਮੁਹਿੰਮ ਅਕਾਲ ਤਖਤ ਦਾ ਨਾਰਾ ਇੱਕ ਪਿੰਡ ਵਿੱਚ ਇੱਕ ਗੁਰਦੁਆਰਾ ਤਹਿਤ ਨਜ਼ਦੀਕੀ ਪਿੰਡ ਦਾਲੋ ਮਾਜਰਾ ਵਿਖੇ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਰਾਗੀ ਜਥੇ ਢਾਡੀ ਜਥਿਆਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਉਪਰੰਤ ਜਿੱਥੇ ਦੋ ਗੁਰਦੁਆਰਾ ਸਾਹਿਬ ਸਨ ਹੁਣ ਇੱਕ ਹੋਏ ਹਨ। ਇਸ ਮੌਕੇ ਤੇ SGPC ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਪਿੰਡ ਵਾਸੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਸ਼ਲਾਘਾ ਵੀ ਕੀਤੀ। ਅੱਜ ਪਿੰਡ ਦਾਲੋ ਮਾਜਰਾ ਔਰ ਜਿੱਥੇ ਸਾਰੀ ਸੰਗਤ ਨੇ ਸਮੁੱਚੀ ਪੰਚਾਇਤ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਕਿ ਅੱਜ ਜਿੱਥੇ ਦੋ ਗੁਰਦੁਆਰੇ ਸਨ ਉੱਥੇ ਅੱਜ ਇੱਕ ਗੁਰਦੁਆਰਾ ਸਾਹਿਬ ਦੀ ਇਹਨਾਂ ਨੇ ਜਿਹੜੀ ਹੈ ਕਰਨ ਦਾ ਔਰ ਫੈਸਲਾ ਕੀਤਾ ਹੈ। ਮੈਂ ਸਮਝਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਇਹ ਇੱਕ ਪਿੰਡ ਇੱਕ ਗੁਰਦੁਆਰਾ ਦੀ ਲਹਿਰ ਚਲਾਈ ਗਈ ਸੀ, ਇਹ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜਿਨ੍ਹਾਂ ਦਾ 550 ਸਾਲਾ ਜਿਹੜਾ ਪ੍ਰਕਾਸ਼ ਗੁਰਪੁਰਬ ਸ਼ਤਾਬਦੀ ਅਗਲੇ ਸਾਲ ਆ ਰਹੀ ਹੈ, ਸੋ ਅਸੀਂ ਇਹੀ ਸਾਰੀ ਸੰਗਤ ਨੂੰ ਬੇਨਤੀ ਕੀਤੀ ਸੀ ਕਿ ਗੁਰੂ ਸਾਹਿਬ ਨੇ ਜਾਤ ਪਾਤ ਤੋਂ ਉੱਪਰ ਉੱਠ ਕੇ ਔਰ ਭੇਦਭਾਵ ਤੋਂ ਉੱਠ ਉੱਪਰ ਊਚ ਨੀਚ ਤੋਂ ਉੱਠ ਕੇ ਜਿਹੜਾ ਸੰਗਤਾਂ ਨੂੰ ਉਪਦੇਸ਼ ਦਿੱਤਾ ਸੀ ਕਿ ਅਸੀਂ ਸਾਰਿਆਂ ਨੂੰ ਉਹਨਾਂ ਦੇ ਉਪਦੇਸ਼ ਦੇ ਉੱਤੇ ਅਮਲ ਕਰਨਾ ਚਾਹੀਦਾ। ਸੋ ਜਿਹੜੇ ਜਾਤ ਪਾਤ ਦੇ ਨਾਂ 'ਤੇ ਗੁਰਦੁਆਰੇ ਨੇ ਜਾਂ ਆਪੋ ਆਪਣੀਆਂ ਬਰਾਦਰੀਆਂ ਦੇ ਨਾਂ 'ਤੇ ਵੱਖੋ ਵੱਖਰੇ ਗੁਰਦੁਆਰੇ ਬਣਾਏ ਨੇ, ਸੋ ਸਿੱਖ ਸੰਗਤਾਂ ਨੂੰ ਅਸੀਂ ਅਪੀਲ ਕੀਤੀ ਸੀ ਸੋ ਉਹ ਗੁਰਦੁਆਰੇ ਨਾ ਹੋਣ, ਸਿਰਫ ਇੱਕ ਗੁਰਦੁਆਰਾ ਹੀ ਹੋਵੇ। ਸੋ ਸਾਡੀ ਮੈਂ ਸਮਝਦਾ ਇਸ ਅਪੀਲ ਦਾ ਇੱਕ ਬਹੁਤ ਵਧੀਆ ਹੁੰਗਾਰਾ ਜਿਹੜਾ ਹੈ ਪੰਜਾਬ ਦੇ ਵਿੱਚ ਮਿਲ ਰਿਹਾ। ਸੋ ਮੈਂ ਸਮਝਦਾ ਇਹ ਬਹੁਤ ਵਧੀਆ ਉਪਰਾਲਾ, ਇੱਥੋਂ ਦੀ ਸੰਗਤਾਂ ਨੂੰ ਵੀ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਗੁਰੂ ਉਪਦੇਸ਼ ਦੇ ਉੱਤੇ ਅਮਲ ਕਰਦੇ ਹੋਏ ਸਾਰੀ ਸੰਗਤ ਏਕਤਾ ਔਰ ਪਿਆਰ ਦਾ ਸਬੂਤ ਸਾਰੀ ਸੰਗਤ ਨੇ ਦਿੱਤਾ। ਮੈਂ ਅੱਜ ਸਾਰੇ ਨਗਰ ਨਿਵਾਸੀਆਂ ਦੀ ਇੱਥੋਂ ਦੀ ਸੰਗਤ ਨੂੰ ਲੱਖ ਲੱਖ ਜਿਹੜੀ ਇਸ ਦੇ ਉੱਤੇ ਵਧਾਈ ਦਿੰਦਾ।